ਹਾਂਜੀ ਸਰ, ਕੀ ਨਾਂ ਜੀ ਆਪਣਾ? ਐਸ ਆਈ ਜਤਿੰਦਰ ਸਿੰਘ। ਸਰ, ਤੁਸੀਂ ਇੱਥੇ ਆਏ ਹੋ, ਚੋਰੀ ਹੋਈ ਹੈ, ਕੀ ਹੈਗਾ ਮਾਮਲਾ ਜਿਹੜਾ? ਇਹ ਐਪਲੀਕੇਸ਼ਨ ਦਿੱਤੀ ਹੈ ਜੀ ਬਲਜਿੰਦਰ ਕੌਰ ਪਤਨੀ ਬਲਬੀਰ ਸਿੰਘ ਵਾਸੀ ਨਸ਼ਹਿਰਾ ਖੁਰਦ ਨੇ। ਇਹਨਾਂ ਇਹ ਕਹਿੰਦੇ ਕਿ ਅਸੀਂ ਆਪਣੇ ਘਰ ਨੂੰ ਲੋਕ ਲਾਇਆ ਸੀ ਅਤੇ ਇੱਕ ਮਹੀਨੇ ਤੋਂ ਅਸੀਂ ਪਠਾਣ ਉੱਥੇ ਜਲੰਧਰ ਰਹਿੰਦੇ ਹਾਂ ਜੀ। ਅਤੇ ਅੱਜ ਸਾਨੂੰ ਪਤਾ ਲੱਗਾ, ਸਾਡੇ ਗੁਆਂਢੀ ਨੇ ਫੋਨ ਕੀਤਾ ਕਿ ਤੁਹਾਡੇ ਘਰ ਦੇ ਲੋਕ ਜਿਹੜਾ ਬਾਹਰਲਾ ਮੇਨ ਆ ਉਹ ਟੁੱਟਾ ਆ, ਅਸੀਂ ਆਏ ਹਾਂ ਅਤੇ ਘਰ ਅੰਦਰੋਂ ਪੇਟੀ ਦੇ ਅੰਦਰੋਂ ਕਹਿੰਦੇ ਕਿ 9 ਤੋਲੇ ਸੋਨਾ ਜਿਹੜਾ ਵਾ ਸਾਡਾ ਗਾਇਬ ਆ, ਬਾਕੀ ਸਮਾਨ ਸਾਰਾ ਫੁੱਲਿਆ ਫਾਲਿਆ ਵਾ, ਹੋਰ ਕੋਈ ਸੋਨੇ ਤੋਂ ਬਿਨਾਂ ਕੋਈ ਚੀਜ਼ ਨਹੀਂ ਚੋਰੀ ਹੋਈ ਜੀ। ਬਾਕੀ ਜਾਂਚ ਕਰ ਰਹੇ ਹਾਂ ਜੀ, ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਹਨਾਂ ਦਾ ਮਾਲ ਕਾਬੂ ਕੀਤਾ ਜਾਏਗਾ ਜੀ। ਧੰਨਵਾਦ। ਤੁਹਾਡਾ ਤਾਂ ਕੀ ਗੱਲਬਾਤ ਹੋ ਜੀ? ਬਲਜਿੰਦਰ ਕੌਰ ਆ ਮੇਰਾ ਨਾਮ ਸਰ, ਅਤੇ ਮੈਂ ਜਲੰਧਰ ਰਹਿੰਦੀ ਹਾਂ, ਬੱਚੇ ਮੇਰੇ ਜਲੰਧਰ ਰਹਿੰਦੇ ਆ। ਅਤੇ ਇੱਕ ਤਾਂ ਸਾਨੂੰ ਸਰਪੰਚ ਦਾ ਫੋਨ ਗਿਆ, ਸਾਡਾ ਘਰ ਪਿੱਛੇ ਬੰਦ ਹੀ ਤਾਲਾ ਲੋਕ ਲੱਗੇ ਦਾ ਸੀ, ਆਉਂਦਿਆਂ ਨੂੰ ਚੋਰਾਂ ਨੇ ਤਾਲਾ ਤੋੜ ਕੇ ਅਤੇ ਜੋ ਗਹਿਣੇ ਗੁਣੇ ਸੀ ਕੱਪੜਾ ਵੀ ਸਾਰਾ ਖਿਲਾਰ ਖਲੂਰ ਕੇ ਅਤੇ ਉਹ ਲੈ ਕੇ ਚੁੱਕੇ, ਫਰਾਰ ਹੋ ਗਏ। ਕੀ ਲੱਗਦਾ ਕਿੰਨੇ ਕੁ ਦਾ ਨੁਕਸਾਨ ਤੁਹਾਡਾ ਹੋਇਆ, ਕਿੰਨਾ ਕੁ ਗਹਿਣਾ ਸੀਗਾ? ਮੇਰਾ ਹੋਇਆ ਕੋਈ 8-9 ਤੋਲੇ, ਮਤਲਬ ਵੀ ਸੋਨਾ ਸੀ, ਅਤੇ 3 ਦੇਖ ਲਓ ਤਾਂ ਕਿੰਨਾ, ਫਿਰ ਕਿੰਨੇ ਲੱਖ ਦਾ ਨੁਕਸਾਨ ਹੋਇਆ ਤੁਸੀਂ ਆਪੇ ਦੇਖ ਲਓ। ਅਤੇ ਕੀ ਮੰਗ ਕਰਦੇ ਹੋ ਤੁਸੀਂ? ਮੰਗ ਇਹੋ ਕਰਨਾ ਵੀ ਇਹੋ ਜਿਹੇ ਚੋਰ ਆ ਜਿਹੜੇ ਲੁੱਟੇ ਰਹੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਏ, ਇਹਨਾਂ ਨੂੰ ਮਾਫ਼ ਨਾ ਕੀਤਾ ਜਾਏ, ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਕਿ ਅੱਗੇ ਤੋਂ ਕੋਈ ਹੋਰ ਵੀ ਕਿਸੇ ਦੀ ਗਲਤ ਕਦਮ ਨਾ ਚੁੱਕਣ, ਕਿ ਇਹਨੂੰ ਹੋਰ ਨਾ ਗਰੀਬ ਗਰੂਬੇ ਨੂੰ ਵਿਚਾਰੇ ਨੂੰ ਇੱਦਾਂ ਕਰਨ। ਤੁਸੀਂ ਜਲੰਧਰ ਕੀ ਕਰਨ ਗਏ? ਅਸੀਂ ਜਲੰਧਰ ਬੱਚੇ ਪੜ੍ਹਦੇ ਹਾਂ ਜੀ। ਇੱਥੇ ਕੋਈ ਨਹੀਂ ਰਹਿੰਦਾ? ਹਾਂਜੀ, ਇੱਥੇ ਕੋਈ ਨਹੀਂ ਰਹਿੰਦਾ, ਅਸੀਂ ਆਉਂਦੇ ਹਾਂ ਕਦੀ ਕਦੀ ਅਤੇ ਚੱਕਰ ਮਾਰ ਕੇ ਚਲੇ ਜਾਂਦੇ। ਪੰਜਾਬ ਕੀ ਗੱਲਬਾਤ ਹੋ ਜੀ ਇੱਥੇ? ਸਰ, ਸਾਨੂੰ ਸਵੇਰੇ ਪਤਾ ਲੱਗਿਆ ਕਿ ਸਾਡੇ ਇਹਨਾਂ ਦੇ ਚੋਰੀ ਹੋ ਗਈ ਆ, ਇਹ ਬਾਹਰ ਰਹਿੰਦੇ ਨੇ ਜਲੰਧਰ, ਇਹਨਾਂ ਦੇ ਜਿਹੜੇ ਪਤੀ ਆ ਉਹ ਫੌਜ ਦੇ ਵਿੱਚ ਨੇ, ਉੱਚੀ ਬੱਸੀ ਉਹਨਾਂ ਦੀ ਡਿਊਟੀ ਆ, ਉਹ ਉੱਥੇ ਰਹਿੰਦੇ ਆ। ਸਵੇਰੇ ਪਿੰਡ ਵਾਲਿਆਂ ਕੋਲੋਂ ਪਤਾ ਲੱਗਿਆ, ਆਂਢ ਗੁਆਂਢ ਕੋਲੋਂ ਪਤਾ ਲੱਗਿਆ ਵੀ ਇਹਨਾਂ ਦੇ ਘਰ ਚੋਰੀ ਹੋ ਗਈ ਆ, ਇਹਨਾਂ ਨੂੰ ਫਿਰ ਇਸ ਕਰਕੇ ਇਤਲਾਹ ਦਿੱਤੀ ਆ। ਇਤਲਾਹ ਦੇਣ ਦੇ ਕਰਕੇ 10:30 ਵਜੇ ਨਾਲ ਆਏ ਨੇ, ਅਤੇ 10:30 ਵਜੇ ਆ ਕੇ ਮੈਂ ਇਹਨਾਂ ਨੂੰ ਨਾਲ ਲੈ ਕੇ ਥਾਣੇ ਗਿਆ, ਥਾਣੇ ਜਾ ਕੇ ਮਤਲਬ ਦਰਖਾਸਤ ਦਿੱਤੀ ਆ, ਅਤੇ ਸਾਡੇ ਮਤਲਬ ਜਿਹੜੇ ਥਾਣੇਦਾਰ ਸਾਹਿਬ ਨੇ ਉਹ ਵੀ ਆਏ ਨੇ, ਉਹਨਾਂ ਨਾਲ ਪੂਰੀ ਤਸਦੀਕ ਕੀਤੀ ਆ। ਪਿੱਛੋਂ ਦੀ ਪਤਾ ਲੱਗਿਆ ਕਿ ਪਿੱਛੋਂ ਦੀ ਆ ਕੇ ਚੋਰ ਚੜ੍ਹੇ ਨੇ, ਕੋਈ ਮਤਲਬ ਵੀ ਲਗਾ ਕੇ ਸਰੀਆ ਲਗਾ ਕੇ, ਅਤੇ ਉਹਨਾਂ ਨੇ ਕੋਈ ਕਡਰਾਟ ਲਿਆਂਦਾ ਸੀ ਨਾਲ, ਉਹਦੇ ਨਾਲ ਜਿੰਨੇ ਵੀ ਤਾਲੇ ਤੋੜੇ ਨੇ, ਗਾਰਡਨ ਦੀ ਨਿਵਾਰੀ ਵਗੈਰਾ ਜਿੰਨੇ ਮਤਲਬ ਪੇਟੀ ਦੇ ਤਾਲੇ, ਹੋਰ ਬੈੱਡ ਜੋ ਵੀ ਆ ਖਲਾਰਾ ਪਾਇਆ। ਇਸ ਤੋਂ ਇਲਾਵਾ ਉਹਨਾਂ ਘਰ ਵਾਲਿਆਂ ਨੇ ਦੱਸਿਆ ਕਿ ਸਾਡਾ 9 ਲੱਖ ਰੁਪਏ ਦਾ ਨੁਕਸਾਨ ਹੋਇਆ, ਕਿਉਂਕਿ 9 ਤੋਲੇ ਸੋਨਾ ਜਿਹੜਾ ਆ ਉਹ ਸਾਡਾ ਚਲੇ ਗਿਆ। ਅਤੇ ਅਸੀਂ ਇਹ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਇਹੋ ਜਿਹੀਆਂ ਵਾਰਦਾਤਾਂ ਨਾ ਹੋਣ, ਕਿ ਥੋੜ੍ਹੀ ਪੁਲਿਸ ਵੀ ਸਖਤਾਈ ਹੋਵੇ, ਅਤੇ ਇਹਨਾਂ ਚੋਰਾਂ ਨੂੰ ਜਿਹੜੇ ਚੋਰ ਜਾਂ ਮਤਲਬ ਵੀ ਨਸ਼ੇੜੀ ਨੇ ਇਹਨਾਂ 'ਤੇ ਨਕੇਲ ਪਾਈ ਜਾਵੇ।